ਇਹ ਨਿਊਜ਼ੀਲੈਂਡ ਖੇਡਿਆ, ਦੁੱਲਾ ਯੂਰਪ ਤਗੜਾ ਖੇਡਿਆ, ਮਾਣ ਹੈ ਜਿੰਦੇ ਹੁਣਾਂ ਨੂੰ, ਪਰ ਆਹ ਤਾਂ ਜੱਗੂ ਦਾ ਮਾਨ ਸਨਮਾਨ ਉਹ ਕਹਾਣ ਕੇ ਪਿੰਡ ਦੇ ਵਿੱਚ ਹੋਣ ਜਾ ਰਿਹਾ। ਤੇ ਕਿੰਨਾ ਭਰਾਵਾਂ ਵੱਲੋਂ ਉਹ ਯਾਰ ਤੂੰ ਹੋਲਡ ਕਰਾ ਲੈ ਉਹਨਾਂ ਨੂੰ, ਕਹਿ ਮੇਰਾ ਡਿਸੀਜਨ ਰੇਡ ਆ, ਹੋਲਡ ਕਰਨਾ ਕਰ। ਇੰਦਰਜੀਤ ਸਿੰਘ ਨੇ ਜੋੜਿਆ ਪਿਆਰ ਦੇ ਨਾਲ, ਚੰਡੀਪੁਰੀਆ ਆ ਬੱਲੇ ਬੱਲੇ ਕਰਵਾ ਗਿਆ, ਇੱਥੇ ਰੱਖ ਵੀ ਨਾ। ਪਿਆਰੇ ਦੋਸਤੋ, ਪਿਆਰੇ ਭਰੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਤੁਹਾਡਾ ਸਾਰਿਆਂ ਦਾ? ਸਾਡਾ ਹਰਮਨ ਪਿਆਰਾ ਆ ਗਿਆ ਜੀ, ਤਿਆਰ ਹੋ ਗਿਆ, ਅਤੇ ਫਿਰ ਆਪਾਂ ਚੱਲਿਆ ਜੀ ਮੈਚ 'ਤੇ। ਅਤੇ ਅੱਜ ਮੈਚ ਦਾ ਮੈਨੂੰ ਪਿੰਡ ਦਾ ਨਾਂ ਭੁੱਲ ਗਿਆ ਕਿਉਂਕਿ ਪੋਸਟਰ ਵੀ ਨਹੀਂ ਆਇਆ ਅੱਜ, ਅਤੇ ਥੱਲੇ ਮੈਂ ਟਾਈਟਲ ਤੋਂ ਪੜ੍ਹ ਲਿਓ। ਹੈਲੋ, ਸੰਗ ਆਉਂਦੀ ਸੰਗ ਜੋਗੋ ਨੂੰ ਨਹੀਂ ਆਉਂਦੀ, ਪਹੁੰਚ ਗਏ ਜੀ ਆਪਾਂ, ਪਰ ਸਭ ਤੋਂ ਪਹਿਲਾਂ ਪਹੁੰਚ ਗਏ ਥੋੜ੍ਹਾ ਜਿਹਾ ਛੇਤੀ, ਅਤੇ ਲੋ ਵਗੰਦੀ ਬੜੀ ਜ਼ਿਆਦਾ ਜਾ ਗਿਆ ਜੀ, ਤਾਂ ਪਹਿਲੀ ਰੇਡ ਪੈਣ ਜਾ ਰਹੀ ਆ। ਬੜੇ ਸੋਨਹਾ ਹਾਂ, ਸ੍ਰੀ ਅਕਾਲ, ਪਹਿਲੀ ਕਬੱਡੀ ਕਹਿੰਦੇ ਐਸਪੀ ਜੋਰ ਸਿੰਘ ਵਾਲੇ ਨੇ ਪਾਈ ਹੋਈ ਹੈ, ਇਹ ਰਮਨ ਦਾ ਵੀਰ ਹੈ। ਲਓ ਖੇਡ ਦੇ ਮੈਦਾਨ ਦੇ ਵਿੱਚ ਇਹ ਬੱਬਾ ਸੋਹ, ਪਹਿਲੀ ਰੇਡ ਤੇ ਇੱਕੋ ਜੇ, ਪਹਿਲੀ ਰੇਡ ਤੇ ਇੱਕੋ ਜੇ ਪੁਰਸ਼ਿਆਂ ਵਰਗੇ, ਆ ਬੱਲੇ 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 ਬੱਲੇ, ਕਬੱਡੀ 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 ਇੱਥੇ ਰੱਖ ਗਿਆ। ਹਰ ਨਾਮ ਛੋਟੇ ਤੋਂ ਛੋਟੇ ਹੁੰਦੇ ਜਾ ਰਹੇ, ਇਹਨੂੰ ਕਬੱਡੀ ਦੇ ਵਿੱਚ ਐਸ ਪੀ ਆਖਿਆ ਜਾਂਦਾ। ਲਓ ਸਾਹਮਣੇ ਦੇਖਾਂਗੇ, ਆਹ ਮੁੰਡੇ ਦਾ ਕਹਿੰਦੇ ਸਲਮਾਨ ਨਾਮ ਹੈ, ਪਰ ਇਹਨੂੰ ਜੀਵਨ ਆਖਿਆ ਜਾਂਦਾ। ਹੁਣ ਦੇਖਾਂਗੇ ਕਰਕੇ ਵਾਲੀ ਦੀ ਪਾਈ ਹੋਈ ਕਬੱਡੀ ਹੈ, ਸਮੁੰਦਰ ਜਿਹਾ ਕੱਦ ਹੈ, ਸ਼ਾਂਤਵਾਂ ਜਿਹਾ ਸਰੀਰ ਹੈ, ਪਰ ਸ਼ਿਕਾਰ ਮਾਛੀਆਂ ਵਾਲਾ। ਤੇ ਪੰਜਵਾਂ ਦੀਪ ਕਬੱਡੀ ਪਾ ਰਿਹਾ ਬੋਲ ਸੰਧੂ, ਦੀਪ ਕਹਿੰਦੇ ਸ਼ਿਕਾਰ ਮਾਛੀਆਂ ਵਾਲੇ ਨੇ ਵਿਰੋਧੀਆਂ ਦੇ ਵਿਹੜੇ ਕਬੱਡੀ ਪਾਈ ਹੋਈ ਹੈ। ਪ੍ਰੰਦੀਪੁਰੀਆ 1000 ਦੇ 2 ਜਿੱਤਿਆ ਹਰਿਮੰਦਰ ਦਿਆਲ ਵੱਲੋਂ। ਲਓ ਆ ਜੱਗੂ ਆ ਚੋਲਾ ਸਾਹਿਬ ਦੀ ਧਰਤੀ ਦਾ, ਉਹ ਧੂਣਾ ਪਟਨਵਾਨਾਂ ਦਾ, ਇਹ ਭਲਵਾਨਾਂ ਦੇ ਪਿੰਡੋਂ ਆਇਆ, ਇਹ ਸੰਤਾਂ ਦੇ ਪਿੰਡੋਂ ਆਇਆ। ਚਾਰ ਜਾਫੀਆਂ ਦੇ ਵਿੱਚ ਕੁਲਦੀਪ ਲੱਗਾ ਹੈ ਸ਼ਿਕਾਰ ਮਾਛੀਆਂ ਵਾਲਾ, ਤੇ ਪਤੀਸੇ ਨੇ ਪਹਿਲਾ ਜਿਹੜਾ ਸਿਰੇ ਦਾ ਜੱਫਾ ਲਾਇਆ ਹੋਇਆ। ਲਓ ਖੇਡ ਦੇ ਮੈਦਾਨ ਦੇ ਵਿੱਚ ਹੁਣ ਵੇਖਦੇ ਆ ਟੱਕਰ ਕਿਹਦੇ ਨਾਲ ਹੋਣੀ ਹੈ। ਗੱਲ ਸਮੇਂ ਤੇ ਕੁਲਦੀਪ ਹੈ ਸ਼ਿਕਾਰ ਮਾਛੀਆਂ ਵਾਲਾ, ਬਲਜਿੰਦਰ ਮਿਸ਼ਰ ਵਾਲਾ ਜੀ ਖੇਡ, ਬਲਕਾਰੇ ਦਾ ਵੀਰ ਹੈ, ਕੰਟੇ ਦਾ ਵੀਰ, ਇਧਰਲੀ ਸਾਈਡ ਦੇਖਾਂਗੇ ਲੱਗਦਾ ਹੋਇਆ ਜੋਰ ਕੀਤਾ ਜਾ ਰਿਹਾ ਜਮਾਲਪੁਰੀਆ। ਉਹ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਹੈ, ਖੇਡੀ ਖੇਡ ਦੁਨੀਆ ਤੇ ਅਮਰ ਰਹੇਗੀ, ਯਾਰਾਂ ਦੇ ਦਿਲਾਂ ਦੇ ਵਿੱਚ ਸਦਾ ਧੜਕਦਾ ਰਹੇਗਾ। ਨਾ ਜੱਜ ਦੀ ਪਾਈ ਹੋਈ ਰੇਡ, ਆਓ ਇੱਕੇ ਇਲਾਕੇ ਦੇ ਖਿਡਾਰੀ ਏ ਬੱਲੇ ਬੱਲੇ। ਤੇ ਜਦੋਂ ਇੱਕ ਸਮਾਂ ਆਇਆ, ਉਹ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਫਰੰਦੀਪੁਰੀਆ ਇਹ ਫਿਲਮਾਂ ਵੀ ਬਣਨਗੀਆਂ, ਜਦੋਂ ਕਹਿੰਦੇ ਸੁਖਮਨ ਤੇ ਗੋਪੀ ਦਾ ਮੈਚ ਹੁੰਦਾ ਰਿਹਾ, ਤੇ ਉਦੋਂ ਸੁਖਮਨ ਪਹਿਲਵਾਨ ਦੀ ਟੀਮ ਦੇ ਲਈ ਤੁਹਾਡੇ ਪਿੰਡ ਦਾ ਜਿਹੜਾ ਉਹ ਮਨ ਦੇ ਵਿੱਚ ਸੈੱਟ ਹੋ ਗਿਆ, ਜਿਹੜੇ ਜਿਹੜੇ ਉਸ ਭਰਾ ਨੂੰ ਵੀ ਪਿਆਰ ਕਰਦੇ ਆ, ਤਾੜੀਆਂ ਮਾਰ ਦਿਓ ਜਮਾਲਪੁਰੀਏ ਭੀਰ ਦੇ ਲਈ, ਚੋਲਾ ਸਾਹਿਬ ਦੀ ਟੀਮ ਦੇ ਲਈ ਖੇਡਦਾ ਰਿਹਾ। ਇਹਦੇ ਲਈ ਸੈਡ ਦੇਖਾਂਗੇ ਨੌਜਵਾਨ ਆਕੇ, ਤੇ ਉਹਦੇ ਵੱਲੋਂ ਗੋਪੀ ਦਾ ਜੱਫਾ ਜਿਹੜਾ 1000 ਦਾ ਹੋਏਗਾ। ਮੀਰਪੁਰੀਆ ਕਰੀ ਨੋਟ, ਇੰਦਰਜੀਤ ਦੀ ਕਬੱਡੀ, ਇੰਦਰਜੀਤ ਕਹਿੰਦੇ ਕੰਬੋ ਢਾਏ ਵਾਲਾ ਤੇ ਚੋਲਾ ਸਾਹਿਬ ਦੋ ਨਗਰ ਮਸ਼ਹੂਰ ਕੀਤੇ ਆ ਮੁੰਡੇ ਨੇ। ਸਾਹਮਣੇ ਰਫੀਕ ਲੱਗਾ ਹੋਇਆ ਕਾਕੇ ਦਾ ਵੀਰ, ਆ ਪਤਾਸਾ, ਇਹਨੂੰ ਮਾਣ ਬੜਾ ਆਪਣੇ ਪੱਟਾਂ ਤੇ ਆਪਣੇ ਡੋਲਿਆਂ ਤੇ ਦਿੱਤਾ। ਇੱਧਰ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ, ਲਓ ਟੇਕਿਆ ਮੁੰਡੇ ਨੇ ਹੰਦਿਆਂ ਨੂੰ ਮੱਥਾ ਕੇ, ਮਾਲਕਾ ਮਿਹਰ ਰੱਖੀ। ਇਹ ਮੁੰਡੇ ਦੂਰੋਂ ਆਏ ਹੋਏ ਆ, ਮੁੰਡੇ ਦੂਰੋਂ ਆਏ ਹੋਏ, ਕੋਈ ਮਾਝੇ ਤੋਂ ਆਇਆ, ਕੋਈ
ਮਾਲਵੇ ਤੋਂ ਆਇਆ, ਕੋਈ ਦਬਾਬੇ ਤੋਂ ਆਇਆ ਹੋਇਆ। ਸਾਹਮਣੇ ਚਾਰ ਜਾਫੀਆਂ ਦੇ ਵਿੱਚ ਫਰੰਦੀ ਪੂਰੀ ਗੋਲਾ ਗੁੱਲੇ ਨਾਲ ਬੋਲਿਆ ਹੈ, ਧਾਵਾ ਹੈ ਪੱਟੀ ਵਾਲਿਆ ਹੋ ਸਾਹਮਣੇ ਆਖ ਜੱਗੂ ਨੂੰ, ਇਹਦਾ ਚੋਲਾ ਸਾਹਿਬ ਪਿੰਡ ਹੈ ਤੇ ਹੁਣ ਦੇਖਾਂਗੇ। ਤੇ ਪਿਤਾ ਦਾ ਸਾਇਆ ਜਿਹੜਾ ਸਿਰ ਤੋਂ ਉੱਠ ਗਿਆ, 3-4 ਸਾਲ ਦੀ ਉਮਰ ਸੀਗੀ, ਮੁੰਡਾ ਭਰ ਜਵਾਨੀ ਦੇ ਵਿੱਚ ਆਇਆ ਤੇ ਕਰਾਹੇ ਨਹੀਂ ਪਿਆ। ਇਹ ਚੰਗੇ ਮਾਪਿਆਂ ਦੀ ਚੰਗੀ ਸੋਚ ਹੁੰਦੀ ਹੈ, ਕਬੱਡੀ ਦੇ ਲੜ ਲੱਗਾ ਤੇ ਇਹਦੇ ਮਾਤਾ ਜੀ, ਮਾਤਾ ਗੁਰਮੀਤ ਕੌਰ ਜੀ ਇਹਨੂੰ ਦਿਲੋਂ ਸਪੋਰਟ ਕਰਦੇ ਹੈ, ਇਹਨੂੰ ਮਾਣ ਦਿੰਦੇ ਹੈ। ਹਰ ਇੱਕ ਮਾਂ ਚਾਹੁੰਦੀ ਹੈ ਮੇਰਾ ਪੁੱਤਰ ਚੰਗੇ ਰਾਹ ਵੱਲ ਪਵੇ, ਖੇਡਾਂ ਦੇ ਨਾਲ ਜੁੜੇ। ਲਓ ਲਾਡੀ ਦੀ ਰੇ ਸ਼ੰਕਰਪੁਰੀਆ ਰਫੀਕ, ਇਹ ਨਾਜਣ ਮਜਨੀ ਦੇ ਵਿੱਚ ਓਪਨ ਦੇ ਵਿੱਚ ਆ ਗਿਆ, ਵਧੀਆ ਗੱਫਾ ਲੈ। ਗੁਰੂ ਦਾ ਖਾਲਸਾ ਮੁੰਡੇ ਨੇ ਸਿੱਖੀ ਵੀ ਰੱਖੀ ਮੁੰਡੇ ਦੀ, ਮਿਹਨਤ ਫੜੰਦੀ ਪੁਰੀਏ ਗੋਪੀ ਨੇ ਡਾਂਗ ਦੇ ਨਾਲ ਕਰਵਾਈ ਹੈ, ਤੇ ਜਿਹਦੀ ਮਿਹਨਤ ਫੜੰਦੀ ਪੁਰੀਏ ਨੇ ਕਰਵਾ ਦਿੱਤੀ ਉਹ ਨਹੀਂ ਹਾਰਾ ਖਾਂਦਾ। ਗੁਰਦੇਵ ਦੀ ਕਬੱਡੀ ਦੇ ਨਾਲ ਜੁੜਦੇ ਆ ਰਫੀਕ, ਵੇਖ ਗੁਰਦੇਵ ਦੇ ਵਿੱਚ ਜਾਨ ਕਿੰਨੀ ਹੈ। ਪਰ ਗੁਰਦੇਵ ਮੁੰਡੇ ਨੇ 7 ਤੋਂ ਬਾਅਦ ਬਹੁਤ ਵਧੀਆ ਵਾਪਸ ਕੀਤੀ, ਖੇਡੋ ਨਿਊਜ਼ੀਲੈਂਡ ਦੇ ਮੈਦਾਨਾਂ ਦੇ ਵਿੱਚ 4 ਜਾਫੀਆਂ ਦੇ ਵਿੱਚ ਮੁੰਡੇ ਕਹਿੰਦੇ ਕੋਟ ਬੁੱਢੇ ਦੇ ਇਲਾਕੇ ਦੇ ਰੇੜੀਆਂ ਹੋ ਗਿਆ ਇਧਰਲੀ ਸਾਈਡ, ਹੁਣ ਦੇਖਾਂਗੇ। ਜੀਵਨ ਦੀ ਰੇੜ ਹੈ, ਮੁੱਠੀ ਪਰ ਸਰੀਰ ਹੈ, ਪਤਲਾ ਪਤੰਗੇ ਮਾਲਿਕ ਹੈ। ਇੱਕ ਪਹਿਲਾ ਪੁਆਇੰਟ ਹੈ ਪੰਜਾਬ ਦੇ ਵੱਡੇ ਮੇਲਿਆਂ ਦਾ, ਜਿਹੜੇ ਮੇਲੇ ਤੇ ਕਹਿੰਦੇ ਅੱਜ ਦੇ ਦਿਨਾਂ ਦੇ ਵਿੱਚ ਹੀਰਾ ਪਹਿਲਵਾਨ ਜੀ ਜੰਗਲਾਂ ਲੱਗ ਜਾਵੇ, ਤੇ ਉਹ ਮੇਲਾ ਉਹ ਵੱਡੇ ਮੇਲਿਆਂ ਦੇ ਵਿੱਚ ਆਉਂਦਾ ਹੈ। ਤੇ ਮਾਲੇ ਨੇ ਬੈਰੀਕੇਡਿੰਗ ਕੀਤੀ ਹੈ ਤੇ ਖਿਡਾਰੀਆਂ ਵੱਲ ਦੇਖੋ, ਫਰੰਦੀ ਪੁਰੀ ਆ ਗੋਪੀ ਤੇ ਦੀਪ, ਆਹ ਟੱਕਰ ਸਿਰੇ ਦੀ ਹੈ, ਆਹ ਟੱਕਰ ਸਿਰੇ ਦੀ ਹੈ, ਦੀਪ ਤੇ ਗੋਪੀ ਆਹ ਬੱਲੇ ਬੱਲੇ। ਅੰਧਿਆਂ ਦੇ ਦਰਮਿਆਨ ਮੁਕਾਬਲਾ, ਅੰਕ ਅੰਕ ਨੰਬਰ ਨੰਬਰ ਰੇਡਰ ਦਾ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਪੰਜਾਬ ਦੇ ਵੱਡੇ ਬੁਲਾਰੇ ਨੂੰ। ਲਓ ਤੇਜਪਾਲ ਸਿੰਘ ਸੰਤਾਂ ਮਹਾਂਪੁਰਸ਼ਾਂ ਦੇ ਪਿੰਡ ਤੋਂ ਆਇਆ, ਇਹਦਾ ਸੁਰ ਸਿੰਘ ਪਿੰਡ ਹੈ। ਇੱਕ ਬੇਨਤੀ ਹੈ ਪਿੱਛੋਂ ਦਰਸ਼ਕ ਭਰਾਵਾਂ ਵੱਲੋਂ, ਜਿਨ੍ਹਾਂ ਵੀਰਾਂ ਦੀ ਗਰਾਊਂਡ ਵਿੱਚ ਕੋਈ ਡਿਊਟੀ ਨਹੀਂ ਉਹ ਕਿਰਪਾ ਕਰਕੇ ਬੈਠ ਜਾਣ, ਤੇ ਜਿਹੜੇ ਸਪੇਅਰ ਖਿਡਾਰੀ ਵੀ ਆਏ ਉਹ ਵੀ ਕਿਰਪਾ ਕਰਕੇ ਬੈਠ ਜਾਣ। ਲਓ ਇਧਰਲੀ ਸਾਈਡ ਦੇਖਾਂਗੇ, ਨਾਇਣ ਜੱਜ ਦੀ ਰੇਡ ਹੈ, ਭੋਲਾ ਮਾਣੀ ਜਿਵੇਂ ਨਹੀਂ ਮੰਨਦਾ ਅੰਕ ਸਟਾਪਰ ਦਾ, ਤਾੜੀਆਂ ਮਾਰ ਦੇ ਜ਼ੋਰਦਾਰ। ਨਾਨਕ ਦੀ ਕਬੱਡੀ ਦੇ ਨਾਲ ਜੁੜਦੇ ਆ ਸਾਹਮਣੇ, ਹੁੰਦਾ ਸਿੱਖੀ ਸਰੂਪ ਦੇ ਵਿੱਚ ਕਬੱਡੀ ਖੇਡਦਾ ਸਾਹਮਣੇ ਕੁਝ ਦਿਸਦਾ ਨੀ। ਵੀਰਾਂ ਨੂੰ ਬੇਨਤੀ ਆ ਥੋੜਾ ਜਿਹਾ ਸਾਈਡ ਤੇ ਹੋ ਜਾਈਏ, ਖੇਡ ਦਾ ਮੈਦਾਨ ਆਪਾਂ ਖਾਲੀ ਰੱਖੀਏ। ਲਓ ਮੇਰਾ ਕਲੋਨ ਜੱਫਾ ਲੰਬਾ ਪਿਆ, ਲਓ ਹੀਰਾ ਠੱਠੀਆਂ ਕੋਲ ਰੇਡਰ ਦੇ ਖੰਭੇ ਆ ਕਰਕੇ ਗਰਾਊਂਡ ਕਲੀਅਰ ਕਰੋ। ਤੂੰ ਹੋਲਡ ਉਹ ਹੋਲਡ ਕਰੋਗੇ, ਤੂੰ ਇੱਕ ਸੀਜ਼ਨ ਦੇ ਆਪਦਾ, ਤੂੰ ਰੇਡ ਨੂੰ ਦਿੱਤਾ ਨਾ, ਉਹ ਗੱਲ ਸੁਣ, ਤੂੰ ਰੇਡ ਨੂੰ ਦੇ, ਉਹ ਹੋਲਡ ਕਰਨਗੇ ਕਰਦੇ ਆ। ਜਿੰਨਾ ਭਰਾਵਾਂ ਦੀ ਗਰਾਊਂਡ ਵਿੱਚ ਕੋਈ ਡਿਊਟੀ ਨਹੀਂ ਉਹ ਕਿਰਪਾ ਕਰਕੇ ਗਰਾਊਂਡ ਕਲੀਅਰ ਕਰ ਦੇਣ, ਤੇ ਜਿਹੜੇ ਸਪੇਅਰ ਖਿਡਾਰੀ ਉਹ ਬੈਠ ਜਾਣ। ਸਾਡੀ ਬੇਨਤੀ ਹੈ ਜਿਹੜੇ ਸਪੇਅਰ ਨੇ ਉਹ ਬੈਠ ਜਾਣ। ਪਰ ਗੋਪੀ ਇਹ ਫਰੰਦੀ ਪੁਰੀ ਹੈ, ਪਰ ਨੌਜਵਾਨ ਕਿ ਤੂੰ ਨਹੀਂ
ਤਾਂ ਤੇਰੀਆਂ ਯਾਦਾਂ ਸਹੀ, ਯਾਦਾਂ ਦੇ ਸਹਾਰੇ ਜੀ ਲਾਂਗੇ, ਤੋਂ ਨਹੀਂ ਤਾਂ ਤੇਰੀਆਂ ਯਾਦਾਂ ਸਹੀ। ਇਧਰਲੀ ਸਾਈਡ ਦੇਖਾਂਗੇ, ਇੰਦਰਜੀਤ ਸਿੰਘ ਦਾ ਤਾਂ ਦੁੱਲਾ ਆ ਗਿਆ, ਜਿਹੜਾ ਖੀਰਾਂ ਵਾਲੀ ਪਿੰਡ ਹੈ, ਮਾਣੇ ਢਲਵਾਂ ਦੇ ਪੁੱਤਰ ਜਿੰਨੇ ਢਿੱਲੋਂ ਹੋਣਾ ਨੂੰ ਮਾਸਟਰ ਢਿੱਲੋਂ ਕਹਿੰਦੇ, ਫਰਾਂਸ ਤੋਂ ਮਾਣ ਕਰਦਾ ਹੈ ਆਹ ਮੁੰਡਾ, ਇਹ ਸੀਜ਼ਨ ਖੇਡ ਆਇਆ। ਬਾਬਾ ਪ੍ਰੇਮ ਸਿੰਘ ਜੀ ਖੇਡ ਕਬੱਡੀ ਕਲੱਬ ਫਰਾਂਸ ਦੀ ਖੇਡ ਕਲੱਬ ਨੇ ਵੀ, ਪਰ ਸਾਹਮਣੇ ਦੇਖਾਂਗੇ ਆਟੇੜਾ ਪੱਟੀ ਸ਼ਹਿਰ ਵਾਲਾ ਥਾਣੇਦਾਰ ਦਾ ਪੁੱਤਰ ਮਨਾਈ ਹੈ। ਗਗਨ ਹੋਣਾ ਦੀਆਂ ਗੱਲਾਂ ਹੋਈਆਂ, ਬੱਗੇ ਹੋਣਾ ਦਾ ਪਿੰਡ, ਚਾਰ ਜਾਫੀਆਂ ਦੇ ਕੀਤਾ ਹੋਇਆ ਅਟੈਕ, ਰਫੀਕ ਮੁੰਡਾ ਤੇਰੇ ਹਾਣ ਦਾ। ਉਧਰ ਕਹਿੰਦੇ ਭਾਲਾ ਭੈਣੀ ਵਾਲਾ ਵੀ ਟੌਪ ਦਾ ਜਾਫੀ, ਇੱਧਰ ਸਾਹਮਣੇ ਖੇਡਦੇ ਮੈਦਾਨ ਦੇ ਵਿੱਚ, ਇੱਧਰ ਪੈ ਗਿਆ ਗਲ ਬੱਕੜੀਆਂ, ਸੁੱਕਾ ਚਾਂਦ ਦਲ ਲੱਗਦਾ ਹੋਇਆ ਚੋਰ, ਹਰਜੋ ਪਾਸੇ ਮੇਲਾ ਬਣ ਗਿਆ, ਮੇਲਾ ਬਣ ਗਿਆ, ਮੇਲਾ ਬਣ ਗਿਆ। ਉਹ ਸਾਹਮਣੇ ਸਾਹਮਣੇ ਮੁੰਡਾ ਗੁਰਦਾਸਪੁਰੀਆ ਆ, ਕਹਿੰਦੇ ਚੀੜਾ ਕਾਲੇ ਸੰਗਿਆਂ ਦੀ ਧਰਤੀ ਦਾ ਮਿੱਠੀ ਮਿੱਠੀ ਜੀ ਧੂੜ ਉਡਾਈ ਜਾਂਦਾ। ਸਾਹਮਣੇ ਫੇਰ ਹਰਜੀਤ ਪੱਟੀ ਵਾਲਾ ਜਿਹਨੇ ਪਹਿਲਾਂ ਸਿਰੇ ਦਾ ਜੱਫਾ ਲਾ ਲਓ, ਚੀੜ ਦੇਖਾਂਗੇ। ਗਿੱਲ ਕਲੇਰ ਵਾਲਾ ਕਬੱਡੀ ਪਾਉਣ ਦੇ ਲਈ ਵੱਧ ਚੁੱਕੇ, ਇਹਦਾ ਭਰਾ ਮੇਰੇ ਨਾਲ ਪੜ੍ਹਦਾ ਰਿਹਾ ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਤੇ ਆਹ ਨੌਜਵਾਨ ਕਬੱਡੀ ਪਾਉਣ ਦੇ ਲਈ ਵੱਧ ਚੁੱਕਿਆ, ਇਹ ਕਬੱਡੀ ਵੱਲ ਨੂੰ ਆ ਗਿਆ, ਉਹ ਇੰਗਲੈਂਡ ਦੇ ਵਿੱਚ ਸੈਟਲ ਹੋ ਗਿਆ। ਇਧਰਲੀ ਸਾਈਡ ਦੇਖਾਂਗੇ, ਸਰਬ ਦੇ ਵੀਰ ਦੀ ਪਾਈ ਹੋਈ ਕਬੱਡੀ ਹੈ, ਖੇਡ ਦੇ ਮੈਦਾਨ ਦੇ ਵਿੱਚ ਕੀ ਪਿਆ ਹੋ ਸਾਹਮਣੇ, ਆਹ ਲੱਗ ਗਿਆ ਮਹਾਨ ਕਬੱਡੀ ਖਿਡਾਰੀ, ਇਹ ਯੂਰਪ ਦੇ ਵਿੱਚ ਤਗੜਾ ਖੇਡ ਆਇਆ, ਇਹਨੂੰ ਕਹਿੰਦੇ ਚਪੇੜਾਂ ਵਾਲੀ ਮਸ਼ੀਨ ਵੀ ਆਖਿਆ ਜਾਂਦਾ ਹੈ। ਬਹੁਤੇ ਬੁਲਾਰੇ ਤਾਂ ਬੰਦੇ ਮਾਰ ਜਿਨ੍ਹਾਂ ਜਿਨ੍ਹਾਂ ਨੂੰ ਮਾਰਦੇ ਹੋ ਕੀਪੇ ਦੇ ਲਈ, ਤੇ ਕੌਣ ਆ ਗਏ, ਆਹ ਕਬੱਡੀ ਵੱਲ ਧਿਆਨ ਤੁਸੀਂ ਦਿਓ, ਇੰਟਰਸਟ ਬਣਾ ਕੇ ਰੱਖਿਓ। ਆਹ ਕਿਵੇਂ ਨੌਜਵਾਨ ਦੀਪ 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 ਤੇ ਗੋਪੀ, ਦੀਪ ਤੇ ਗੋਪੀ, ਹੁਣ 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 ਬੱਲੇ 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 ਬੱਲੇ, ਆਹ ਦੀਪ ਤੇ ਗੋਪੀ ਦੀ ਟੱਕਰ, ਇੱਕ ਪਾਸੇ ਸ਼ਿਕਾਰ ਮਾਛੀਆਂ ਵਾਲਾ, ਇੱਕ ਪਾਸੇ ਫਰੰਦੀਪੁਰੀਆ, ਆਹ ਬੱਲੇ ਬੱਲੇ ਕਰਵਾ ਗਿਆ। ਇੱਥੇ ਰੱਖ ਵੀ ਨੌਜਵਾਨਾਂ, ਇੱਥੇ ਰੱਖ ਵੀ ਨੌਜਵਾਨਾਂ, ਕਿ ਸਾਰਾ ਮੇਲਾ ਉਹ ਦੀਪ ਦੀ ਖੇਡ ਕਿੱਦਾਂ ਯਾਰ ਕੀ ਕਰਦੇ ਆ। ਕਿਮਨ ਸਟੋਰ ਵਾਲੇ ਸਾਡੇ ਸ਼ਮਾਲਪੁਰੀਏ ਭਰਾ ਵੀ ਆਏ ਆ, ਇੱਥੋਂ ਚੱਲ ਕੇ ਮੇਰੇ ਵੀਰ ਉੱਥੇ ਆਪਣੀ ਕਿਰਤ ਕਰਦੇ ਆ। ਮਸਲਾ ਸਾਰਾ ਇਹ ਰੋਟੀ ਦਾ, ਹੁਣ ਦੇਖਾਂਗੇ ਜੀਵਨ ਦੀ ਕਬੱਡੀ ਹੈ। ਆਹ ਜੀਵਨ ਦਾ ਬੋਲਿਆ ਹੈ ਧਾਵਾ, ਟਿੰਡਾ ਕਹਿੰਦੇ ਭਣਾਲ ਦੋਨੇ ਵਾਲਾ, ਤਾਂ ਰਫੀਕ ਤੇ ਜੀਵਨ, ਰਫੀਕ ਤੇ ਜੀਵਨ ਲੱਗਦਾ ਹੋਇਆ ਚੋਰੇ, ਖਿੱਚ 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 ਵੀ ਨੌਜਵਾਨ ਹੈ ਅੰਕਰ ਇੱਡਰ ਦਾ ਭੁਲਾ ਦਿੱਤੀਆਂ। ਜਮਾਲਪੁਰ ਦੀ ਧਰਤੀ ਤੇ ਅੱਜ ਕਬੱਡੀ ਆਈ ਹੋਈ ਹੈ, ਆਹ ਐਸ ਪੀ ਆ ਜੌਹਰ ਸਿੰਘ ਵਾਲੇ ਦੀ ਧਰਤੀ ਦਾ ਮੁੰਡਾ ਖੇਡਿਆ ਜੂਕੇ ਦੀ ਧਰਤੀ ਤੇ। ਬਿੱਲੇ ਗਿੱਲ ਦੀਨੇ ਵਾਲੀਆਂ ਨੇ 1 ਲੱਖ ਦੀ ਨਕਦ ਰਾਸ਼ੀ ਦੇ ਕੇ ਮਾਨ ਸਨਮਾਨ ਤਾਂ ਲਓ, ਜੱਗੂ ਚੋਲੇ ਵਾਲਾ, ਜੱਗੂ ਚੋਲੇ ਵਾਲਾ ਪਰ ਪਵਾਂਡ ਜਿਹੜਾ ਉਸ ਕੀਤੀ ਹੈ, ਵਾਹਿਗੁਰੂ ਮੇਰਾ ਰੱਖੇ ਤੇਜੀ ਦੀ ਕਬੱਡੀ ਤੇ ਆਉਂਦੇ ਹੈ। ਸਾਹਮਣੇ ਟਿੱਡਾ ਕਹਿੰਦੇ ਭੰਡਾਲ ਦੋਨਾਂ ਵਾਲਾ ਜਿਹਨੇ ਪਹਿਲਾਂ ਵੀ ਸਿਰੇ ਦਾ ਜੱਫਾ ਲਾਇਆ, ਟਿੱਡਿਆ ਜੇ ਤੇਜੀ ਫੜਦਾ ਮੇਲਾ ਬਣ ਜੂਗਾ। ਇੱਧਰ ਸਾਹਮਣੇ ਰਫੀਕ ਸ਼ਕਰਪੁਰੀਆ, ਰਫੀਕ ਕਾਕੇ ਦਾ ਵੀਰ ਲੱਗਾ ਹੋਇਆ, ਇਹ ਵੀ ਮੁੰਡਾ ਕਹਿੰਦੇ ਅਣਗਿਣਤ ਜਵੇਖ ਕੇ ਭੁੱਖਰ ਲੈਂਦੀ ਹੈ, ਤੇ ਸਾਹਮਣੇ ਦੁਨੀਆਂ ਦੀਆਂ ਨਿਗਾਹਾਂ, ਫਰੰਦੀਪੁਰੀਆ ਗੋਪੀ ਨੂੰ ਪਿਆਰ ਕਰਦੀ ਹੈ ਦੁਨੀਆਂ, ਮੇਲੇ ਬਣਾਉਂਦਾ ਫਰੰਦੀਪੁਰੀਆ ਗੋਪੀ ਜਿੱਥੇ ਵੀ ਜਾਂਦਾ। ਸਾਹਮਣੇ ਬੱਬਾ ਸੁਰ ਸਿੰਘ ਵੜ ਗਿਆ, ਸਰਦਾਰ ਹਰਜਿੰਦਰ ਸਿੰਘ ਜੀ ਸਰਪੰਚ ਸਾਹਿਬ ਸੱਦੇ ਦੇ ਰਹੇ, ਚਮਕੌਰ ਜਿਸ ਪਿੰਡ ਦਾ ਮਹਾਨ ਕਬੱਡੀ ਖਿਡਾਰੀ ਹੈ, ਮਹਾਨ ਧਾਵੀ ਹੈ, ਸਰਦਾਰ ਦਲਜੀਤ ਸਿੰਘ ਜੀ ਬਰਵਾਲਾ ਸਾਹਿਬ ਸੱਦੇ ਦੇ ਰਹੇ ਹੈ, ਦੁਨੀਆਂ ਦੇ ਮਹਾਨ ਖਿਡਾਰੀ ਕੱਲ੍ਹ ਬਰਵਾਲੇ ਦੇ ਵਿੱਚ ਖੇਡਣਗੇ, ਆਪ ਸਭ ਨੂੰ ਸੱਦੇ ਹੈ। ਆਓ ਇਧਰਲੀ ਸਾਈਡ ਦੇਖਾਂਗੇ, ਮਨ ਟਰਪੱਲੇ ਵਾਲਾ ਕੋਸ਼ਿਸ਼ ਕਰਦਾ ਤੇ ਨਾਨਕ ਮੁੰਡਾ, ਜਿਹਨਾਂ ਵੀਰਾਂ ਦੀ ਗਰਾਊਂਡ ਵਿੱਚ ਕੋਈ ਡਿਊਟੀ ਨਹੀਂ, ਆਪਾਂ ਪ੍ਰਬੰਧਕ ਵੀਰਾਂ ਨੂੰ ਵੀ ਪਿੱਛੇ ਲੈ ਜਾਈਏ।
ਹਾਂਜੀ ਮੇਰੀ ਬੇਨਤੀ ਆ, ਖੇਡ ਦਾ ਮੈਦਾਨ ਆਪਾਂ ਖਾਲੀ ਰੱਖੀਏ, ਵਾਰ ਵਾਰ ਮਾਂ ਕਹੀਏ ਜਮਾਲਪੁਰ ਵਾਲੇ ਭਰਾ ਬੜੇ ਜਿਹੜੇ ਹੈ ਕੀਤਾ ਤੇ ਫਿਰ ਉਹੀ ਕੰਸੈਂਟ ਹੈ। ਉਹ ਦੇਖਦੇ ਆ ਟੱਡਾ ਟਰਾਈ ਕਰਦਾ ਪ੍ਰਿਅੰਕ ਜਿਹੜਾ ਇੰਦਰਜੀਤ ਸਿੰਘ ਨੇ ਜੁੜਿਆ ਪਿਆਰ ਦੇ ਨਾਲ ਪਿਆਰ ਦੀ ਖੇਡ ਹੈ। ਮੈਂ ਤੁਹਾਡੇ ਲਈ ਇਨਾਮ ਭੁੱਲ ਭਾਵੇਂ ਨੰਬਰ ਰੇਡਰ ਲੈ ਜੇ ਤੇ ਭਾਵੇਂ ਨੰਬਰ ਜਾਫੀ ਲੈ ਜੇ, ਕੱਲਾ ਕੱਲਾ ਨੰਬਰ ਤੇ ਹਰ ਇੱਕ ਨੰਬਰ ਤੇ 500 ਰੁਪਈਆ ਤਾੜੀਆਂ ਜੋੜਦਾ। ਹੁਣ ਮੈਚ ਵੀ ਬਣਨਾ, ਨਜ਼ਾਰਾ ਵੀ ਆਵੇਗਾ, ਤੁੱਲੇ ਦੀ ਰੇਡ ਕਿਆ ਬਾਤ, ਇਹ 500 ਦਾ ਜੇਤੂ ਬਣ ਗਿਆ ਦੁੱਲਾ। ਚਲੇ ਜੀ, ਸਾਡੇ ਪ੍ਰਬੰਧਕ ਵੀਰ ਕਹਿੰਦੇ ਆ ਇਹ ਦੁੱਲਾ ਹੈ, ਖੀਰਾਂ ਵਾਲੀ ਪਿੰਡ ਹੈ ਇਸ ਨੌਜਵਾਨ ਦਾ। ਹੁਣ ਦੇਖਾਂਗੇ ਭਾਈ ਹੁਣ ਰੇਡ ਆ ਗਿੱਲ ਕਲੇਰ ਪਿੰਡ ਵਾਲਾ ਆਹ ਕਬੱਡੀ ਕਬੱਡੀ ਕਰਦਾ ਅੱਗੇ ਨੂੰ ਵੱਧ ਚੁੱਕਿਆ। ਜਮਾਲਪੁਰੇ ਦੀ ਧਰਤੀ ਦੇ ਉੱਪਰ ਧਾਵਾ ਬੋਲਣ ਦੇ ਲਈ ਆਇਆ ਹੋਇਆ, ਹਮਲਾਵਰ ਦਾ ਕੀਤਾ ਹੋਇਆ ਹਮਲਾ ਹੈ। ਸਾਹਮਣੇ ਚਾਰ ਨੇ, ਹੁਣ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਕਮਾਲ ਕਰੇਗਾ, ਕੌਣ 500 ਦਾ ਜੇਤੂ ਬਣੇਗਾ। ਫੇਰ ਆਹ ਬੱਲੇ 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 ਹੁੰਦੀ ਹੋਈ ਲੱਗਦਾ ਹੋਇਆ ਜ਼ੋਰ, ਆਹ ਬੱਲੇ ਬੱਲੇ ਕਰਵਾ ਗਿਆ, ਬੱਲੇ ਬੱਲੇ ਕਢਵਾ ਗਿਆ ਤਰੋ। ਸਾਹਮਣੇ ਰਾਜੇ ਦੀ ਕਬੱਡੀ ਦੇ ਨਾਲ ਫੜਦੀ ਪੁਲੀਆ, ਹੁਣ ਆਪਣਾ ਭਰਾ ਟਾਇਆ ਹੈ ਰਾਤਾ ਬਦਲਾ ਲੈਣ ਦਾ, ਬਦਲਾ ਲੈਣਾ ਆਉਂਦਾ, ਬਦਲਾ ਦੁਨੀਆ ਤੇ ਹਜ਼ਾਰ। ਇਹ ਗੋਪੀ ਦਾ ਜੱਫਾ ਲੱਗਿਆ, ਗੁਰਜੰਟ ਹੋਣਾ ਨੇ, ਸਿਕੰਦਰ ਹੋਣਾ ਨੇ ਤੇ ਕਹਿੰਦੇ ਅੰਮ੍ਰਿਤ ਹੋਣਾ ਨੇ, ਸਾਡੇ ਕਮਲ ਹੋਣਾ ਨੇ 500 ਬੁਲਾਇਆ ਸੀਗਾ ਉਹ ਪਹੁੰਚਦਾ ਕਰ ਦਿੱਤਾ। ਵੀਰੇ ਇੱਕ ਮਿੰਟ ਲੈਣਾ ਪਿੰਡਿਆ, 500 ਇੱਧਰ ਆ ਕੇ ਲੈ ਜਾ, ਹਰਿੰਦਰ ਦਿਆਲ ਨੇ ਲਾਇਆ 500 ਮੇਰੇ ਕੋਲ, ਇੱਧਰ ਭਰਾ ਖੜਿਆ ਇੱਧਰ ਖੇਡ ਦੇ ਮੈਦਾਨ ਦੇ ਵਿੱਚ, ਜੀਵਨ ਧਰਕੇ ਵਾਲਾ ਤੂੰ ਇੱਕ ਉਹ ਯਾਰ ਤੂੰ ਹੋਲਡ ਕਰਾ ਲੈ ਉਹਨਾਂ ਨੂੰ, ਕਹਿ ਮੇਰਾ ਡਿਸੀਜਨ ਰੇਡ ਆ ਹੋਲਡ ਕਰਨਾ ਕਰ, ਕਦੀ ਤੁਸੀਂ ਕਹਿ ਦਿੰਦੇ ਰੇਡਰ ਤੇ ਕਦੇ ਹੁਣ ਸਾਡਾ ਹੋ ਗਈ ਆ ਵੀ ਤੂੰ ਫੈਸਲਾ ਕਰ ਦੇ ਉਹ ਹੋਲਡ ਕਰਾ ਲੈਣਾ ਕਮਲ ਨਾ ਪਾਇਆ। 15 ਤੇ 21 ਦੀ ਟੀਮ ਹੈ ਪਠਾਨ ਦੋਨੀ ਦੀ ਤੇ ਪਲੱਸ ਬਾਬਾ ਕਾਲਾ ਮਾਂ ਜੀ ਖੇਡ ਕਬੱਡੀ ਕਲੱਬ ਜੱਲੂਪੁਰ ਉਸ ਟੀਮ ਦੇ ਨੰਬਰ ਨੇ 21 ਕਿਆ 15 ਤੇ 21 ਪੂਰੇ ਕਰੈਕਟ ਗਏ ਨੇ। ਮੈਂ ਸਰੇਦਾ ਵਾਲੇ ਦੀ ਉਸ ਟੀਮ ਦੇ ਨੰਬਰ ਨੇ 21 ਅਤੇ ਸਮੇਂ ਦੇ ਵੱਡੇ ਪ੍ਰਮੋਟਰ ਨੇ ਪਨਾਲ ਦੋਨੇ ਦੀ ਟੀਮ ਨੇ। ਲਓ ਤੇਜਪਾਲ ਸਿੰਘ ਚੜ੍ਹਦੀ ਬਰੇਸ ਦਾ ਕਬੱਡੀ ਪਾਉਣ ਦੇ ਲਈ ਵੱਧ ਚੁੱਕਿਆ ਹੈ ਤੇ ਦੇਖਾਂਗੇ ਭੈਣੀ ਵਾਲਾ ਹਰਪਾਲ ਰਿਸ਼ਪਾਲ ਕੈਨੇਡਾ ਵਾਲੇ ਦੇ ਪਿੰਡ ਦਾ ਔਰ ਟਰਾਈ ਕਰਦਾ ਲੱਗਦਾ ਹੋਇਆ ਜ਼ੋਰ, ਸਪੋਰਟ ਹੈ ਕਹਿੰਦੇ ਤੇਜਪਾਲ ਨੂੰ ਅਮਰੀਕਾ। ਵੱਡਾ ਵੀਰ ਜਮਾਲਪੁਰੀ ਆ ਕਤਰ ਵਾਲਾ ਕਹਿੰਦਾ ਹੈ ਗੋਪੀ ਦਾ ਜੱਫਾ 1000 ਦਾ ਪ੍ਰਿੰਦ ਰੇ, ਇਹ ਚਿੱਟੇ ਦਾ ਫੜਾਕ ਹੈ, ਇਹ ਚਿੱਟੇ ਦਾ ਫੜਾਕ ਹੈ। ਪਰ ਕਹਿੰਦਾ ਦੀਪ ਕਹਿੰਦਾ ਜਵਾਕ ਹੈ ਮੈਚ ਚੋਟੀ ਦਾ ਇਧਰੀ ਸੈਡ ਭਾਈ ਹੁਰੇਡ ਤੇ ਸੰਧੂ ਸਾਹਿਬ ਜੀ ਕਰ ਦੋ ਸਿਰ ਸਾਹਮਣੇ। ਕਹਿੰਦੇ ਨਾਨਕ ਦੀ ਕਬੱਡੀ ਦੇ ਨਾਲ ਜੁੜਦੇ ਆ ਕਿ ਬਾਬੇ ਨਾਨਕ ਵਰਗਾ ਖੋਜੀ ਕੋਈ ਨਾ, ਗੁਰੂ ਗੋਬਿੰਦ ਸਿੰਘ ਵਰਗਾ ਚੋਜੀ ਕੋਈ ਨਾ। ਲਓ ਸਾਹਮਣੇ ਕਹਿੰਦੇ ਕੁਲਦੀਪ ਸ਼ਿਕਾਰ ਵਾਸੀਆਂ ਵਾਲਾ ਉਹ ਕੀਤੀ ਹੋਇਆ, ਇਹ ਨਿੱਕੇ ਹੁਣਾਂ ਦਾ ਪੇਂਡੂ ਹੈ, ਗਿਆਨ ਹੁਣਾਂ ਦਾ ਪੇਂਡੂ ਹੈ, ਚਾਰ ਜਾਫੀਆਂ ਤੇ ਬੋਲਿਆ ਹੋਇਆ ਧਾਵਾ, ਵੇਖਦੇ ਹੁਣ ਕਿੰਨੇ ਬੱਲੇ ਬੱਲੇ ਖਿਡਾਉਣੀ ਹੈ, ਸ਼ੱਕ ਜਈ ਰਹਿਣੀ ਹੈ। ਮੇਲਾ ਅੱਜ ਜਮਾਲਪੁਰ ਦਾ ਪਹਿਲਾ ਵੱਡਾ ਮੇਲਾ, ਫਿਰ ਧੱਕ ਤਾਂ ਪੈਣੀ ਹੈ, ਜਮਾਲਪੁਰ ਦਾ ਪਹਿਲਾ ਵੱਡਾ ਮੇਲਾ। ਪਰਮ ਸਿੰਘ 500 ਜ਼ਰੂਰ ਬਾਤ ਟਾਲੀ,
ਬਹੁਤ ਬਹੁਤ ਧੰਨਵਾਦ ਹੈ ਸਾਡੇ ਕਮਲ ਭਰਾ ਹੋਣਾ ਦਾ। ਨਾ ਉਹ ਦੇਖਾਂਗੇ ਪਾਈ ਹੋਈ ਰੇਡ ਖੇਡ ਦੇ ਮੈਦਾਨ ਦੇ ਵਿੱਚ। ਇੰਦਰਜੀਤ ਸਿੰਘ ਕਮੋਰ ਢਾਏ ਵਾਲਾ ਪਿੰਡ ਹੈ ਨੌਜਵਾਨ ਦਾ, ਟਿੱਟਾ ਟਿੱਟਾ ਭੰਡਾਲ ਦੋਨੇ ਵਾਲਾ, ਮਾਣ ਹੈ ਜਸਪਾਲ ਕੈਨੇਡਾ ਵਾਲੇ ਨੂੰ, ਮਾਣ ਹੈ ਗੈਰੀ ਕੈਨੇਡਾ ਵਾਲੇ ਨੂੰ। ਹੁਣ ਦੇਖਾਂਗੇ ਅੱਤ ਦੀ ਗਰੀਬੀ ਦੇਖੀ ਹੈ, ਇਹ ਇੱਕੋ ਜਿਹੇ ਭਰਾ ਨੇ, ਕਬੱਡੀ ਖੇਡਦੇ ਹੈ, ਕੋਈ ਨਹੀਂ ਪਤਾ ਲੱਗਦਾ ਰੇਡਾ ਕੌਣ ਪਾਉਂਦਾ ਹੈ ਤੇ ਕੋਈ ਨਹੀਂ ਪਤਾ ਲੱਗਦਾ ਜਸਪੇ ਕੌਣ ਲਾਉਂਦਾ ਹੈ। ਇਹ ਸਾਰੇ ਟਿੱਟੇ ਦੇ ਨਾਮ ਪੁਰ ਵਾਲੇ, ਆਵਾਜ਼ ਜਮਸਤਪੁਰ ਤੱਕ ਜਾਣੀ ਚਾਹੀਦੀ ਹੈ, ਸਬਾਜਪੁਰ ਤੱਕ ਜਾਣੀ ਚਾਹੀਦੀ ਹੈ। ਲਓ ਸਾਹਮਣੇ ਕਹਿੰਦੇ ਆਹ ਮੁੰਡਾ ਕਹਿੰਦੇ ਰਾਜਾ ਹੈ, ਸੁੱਖ ਬੰਗਾਲੇ ਵਾਲਿਆ ਹੈ ਦਾਦਾ, ਮੋਰ ਜੇ ਇੱਕੀਆਂ ਦੀ ਇਕੱਤੀ ਮੋੜ ਸਕਦਾ ਹੈ, ਮੋੜ ਜੇ ਇੱਕੀਆਂ ਦੀ ਇਕੱਤੀ ਮੋੜ ਸਮਲ ਹੁਣਾਂ ਦੀ ਸੋਚ ਤੇ ਕਾਲੇ ਹੁਣਾਂ ਨੇ ਜ਼ੋਰ ਲਾਇਆ, ਜੋਧੇ ਹੁਣਾਂ ਨੇ ਕਤਰ ਤੋਂ ਜ਼ੋਰ ਲਾਇਆ ਤੇ ਇਸ ਪਿੰਡ ਦੇ ਅੰਮ੍ਰਿਤ ਹੁਣਾਂ ਨੇ ਸਹਿਯੋਗ ਦਿੱਤਾ ਹੈ, ਆਸਟ੍ਰੇਲੀਆ ਤੋਂ ਗੁਰਜੰਟ ਹੁਣਾਂ ਨੇ, ਸਿਕੰਦਰ ਹੁਣਾਂ ਨੇ ਪਿੰਡ ਦੇ ਵਿੱਚ ਮੈਚ ਚੋਟੀ ਦਾ, ਖਿਡਾਰੀ ਚੋਟੀ ਦੇ, ਪ੍ਰਬੰਧ ਵਧੀਆ, ਮਾਲੇ ਦਾ ਵੈਰੀਗੇਡ ਹੈ, ਸਾਊਂਡ ਵਾਲੇ ਵੀਰ ਦਾ ਚੇਚੇ ਤੌਰ ਤੇ ਧੰਨਵਾਦ ਹੈ। ਤੇ ਲਾਈਵ ਪੰਜਾਬ 24 ਦੇ ਕੈਮਰੇ, ਇੱਕ ਬੱਗਿਆਂ ਵਾਲਾ, ਇੱਕ ਆਹ ਦੁੱਲਾ ਹੈ, ਇਹਦਾ ਖੀਰਾਂ ਵਾਲੀ ਪਿੰਡ ਹੈ, ਇੱਕ ਗਵਾਂਢ ਪਿੰਡ ਵਾਲਾ ਹੈ ਜਿਹਦਾ ਸ਼ਹੀਦ ਪਿੰਡ ਹੈ। ਇਧਰਲੀ ਸਾਈਡ ਦੇਖਾਂਗੇ ਖੀਰਾਂ ਵਾਲੀ ਹੈ ਕਬੱਡੀ ਭਾ ਰਹੇ, ਦੁਆਬੇ ਵਾਲੀ ਦੀ ਰੇਡ ਤੇ ਮਾਝੇ ਵਾਲਾ ਹੋ ਗਿਆ ਹੈ ਜੋਰ ਚੁੱਪਣਾ ਦਾ, ਕੰਡਾ ਵੀ ਨਹੀਂ ਚੁੱਪਦਾ ਜਿਸਮ ਕਠੋਰ ਚੁੱਪਣਾ ਦਾ, ਚੜੀ ਜਵਾਨੀ ਲਲਕਾਰੇ ਤਾਂ ਵੱਜਦੇ, ਰਾਜੇ ਖੇਲੇ ਮਰਦ ਮਦਾਨੋ, ਡਟ ਕੇ ਨਹੀਂ ਭੱਜਦੇ ਲੋ, ਤੇਜ਼ੀ ਦੀ ਕਬੱਡੀ ਸਾਹਮਣੇ, ਇਹ ਡਾਕਟਰ ਦੀਪ ਦੀਪ ਦੇ ਦਰਸ਼ਕ ਚਾਹੁੰਦੇ ਆ, ਫਰੰਦੀ ਪੁਰੀਆ ਗੋਪੀ ਹੋ ਜੇ ਮੂਹਰੇ, ਫਰੰਦੀ ਪੁਰੀਆ ਗੋਪੀ ਹੋ ਜੇ ਮੂਹਰੇ। ਪਰ ਸਾਹਮਣੇ ਚਾਰੇ ਇੱਕੋ ਜਿਹੇ ਨੇ, ਇੱਕ ਪਾਸੇ ਬੱਬਰ ਸ਼ੇਰ ਹੈ, ਇੱਕ ਪਾਸੇ ਬੱਬਰ ਸ਼ੇਰ ਹੈ, ਇੱਕ ਪਾਸੇ ਬੱਬਰ ਸ਼ੇਰ ਹੈ। ਲਓ ਦੀਪ, ਦੀਪ ਤੇ ਫਰੰਦੀ ਪੁਰੀਆ, ਦੀਪ ਤੇ ਫਰੰਦੀ ਪੁਰੀਆ, ਆਹ ਟੱਕਰ ਸਿਰੇ ਦੀ, ਪਰ ਅੱਕ ਜਿਹੜਾ ਦੀਪ ਦਾ, ਕਿਆ ਬਾਤ ਹੈ ਵੀ ਦੀਪ ਨੌਜਵਾਨ ਹੈ ਇਹ ਇੰਗਲ, ਔਰ ਅੱਕ ਜਿਹੜਾ ਦੇਖਾਂਗੇ ਰੇਡਰ ਵੀ ਜ਼ੋਰ ਦਿੰਦਾ ਹੈ। ਲਓ ਨਾਨਕ ਦੀ ਰੇਡ ਤੇ ਸੰਧੂ ਸਾਹਿਬ ਦੀ ਨਾਨਕ ਦੀ ਕਬੱਡੀ ਦੇ ਨਾਲ ਜੋੜੇ, ਨਾਨਕ ਸ਼ਹਿਰੀ ਮੁੰਡੀਆਂ ਵਾਲਾ ਹੈ, ਇਹ ਵੀ ਮੁੰਡਾ ਗਰੀਬੀ ਦੀ ਹਿੱਕ ਪਾਰ ਕੇ ਆਇਆ, ਸਾਹਮਣੇ ਕੁਲਦੀਪ ਸ਼ਿਕਾਰ ਮਾਛੀਆਂ ਵਾਲਾ, ਇਹ ਨਹੀਂ ਸੁੱਕਾ ਜਾਣ ਦਿੰਦਾ, ਇਹ ਨਹੀਂ ਸੁੱਕਾ ਜਾਣ ਦਿੰਦਾ, ਕੁਲਦੀਪ ਨੇ ਤੀਸਰਾ ਚੌਥਾ ਜੱਫਾ ਲਾ ਕੇ ਅੱਜ ਚੁਬਰੇ ਦੇ ਨਾਲ, ਭਰਾਵਾਂ ਤੋਂ ਵੱਧ ਕੇ, ਸਕਿਆਂ ਤੋਂ ਵੱਧ ਕੇ ਪਿਆਰ ਹੈ, ਪਹਿਲੀਆਂ ਤੋਂ ਪਿਆਰ ਹੈ, ਬਚਪਨ ਤੋਂ ਇੱਕ ਦੂਜੇ ਦੇ ਨਾਲ ਖੜਦੇ ਹੈ। ਅੱਜ ਗੋਰਾ ਵੀ ਇਸੇ ਲਈ ਆਇਆ, ਲਓ ਸਾਹਮਣੇ ਆਹ ਇੱਕ ਏਰੀਏ ਦੇ ਖਿਡਾਰੀ ਨੇ, ਇੱਕ ਦਾ ਕਹਿੰਦੇ ਨਦੋਹਰ ਪਿੰਡ ਹੈ ਤੇ ਇੱਕ ਨੂੰ ਉੱਪਰ ਖੜਾ ਹੈ, ਆਹ ਮੁੰਡਾ ਬਾਹਰਲੇ ਪਾਸੇ ਲੱਗਾ ਹੈ। ਸਮਾਂ ਪਹਿਲਵਾਨ ਜੀ ਕਹਿਣ ਨੂੰ ਕੀ ਕਹਿਣਾ, ਪਹਿਲੇ ਮੈਚ ਤੇ ਦੁੱਖ ਤੋੜ ਦਿੱਤੇ ਹੈ, ਮੇਲਾ ਚੋਟੀ ਦਾ ਹੋ ਗਿਆ, ਖਿਡਾਰੀਆਂ ਨੇ ਪ੍ਰਬੰਧ ਕੀਤੇ ਹੈ, ਜੇਕਰ ਦਰਸ਼ਕ ਵੀਰਾਂ ਨੇ ਤੇ ਇਹਨਾਂ ਨੇ ਕੀਤੇ ਪ੍ਰਬੰਧ। ਇੱਕ ਨਵੀਂ ਉਮਰ ਦਾ ਮਾਲਕ ਕਬੱਡੀ ਪਾ ਰਿਹਾ ਸੰਧੂ ਸਾਹਿਬ ਜੀ, ਪਾਈ ਹੋਈ ਕਬੱਡੀ ਹੈ, ਮੁੰਡਾ ਕਹਿੰਦੇ ਅਰਪਣ ਨੇ ਕਬੱਡੀ ਪਾ ਦਿੱਤੀ, ਤੇ ਮਹਿਤਾਬ ਆਸਟ੍ਰੇਲੀਆ, ਮਨਪ੍ਰੀਤ ਆਸਟ੍ਰੇਲੀਆ, ਬਹੁਤ ਸਾਰਾ ਪਿਆਰ ਭਰਾ ਲਾਈਵ ਜੁੜੇ ਹੋਏ ਆ ਤੈਨੂੰ, ਅਰਪਣ ਦੀ ਕਬੱਡੀ ਹੈ, ਆ ਜੱਗੂ ਚੋਲੇ ਵਾਲਾ ਹੈ, ਅਰਸ਼ ਦਾ ਪੇਂਡੂ, ਸੁਖਮਨ ਦਾ ਪੇਂਡੂ, ਸਾਹਮਣੇ ਜੱਗੂ ਚੋਲੇ ਵਾਲਾ ਹੱਥ ਪਾਉਂਦਾ ਹੈ, ਪੱਕੇ ਪਾਉਂਦਾ, ਉਹ ਸਾਹਮਣੇ ਜੱਗੂ ਚੋਲੇ ਵਾਲਾ, ਕਿੰਨੇ ਸਾਹਮਣੇ ਉਹ ਗਰਜੰਟ ਹੋਣਾ ਨੇ, ਅੰਮ੍ਰਿਤ ਹੋਣਾ ਨੇ ਜੱਫੇ ਤੋਂ ਖੋ ਚੁੱਕੇ, 500 ਦੇ ਵੱਡੇ ਪਿਆਰ ਪਹੁੰਚਦਾ ਕਰ ਦਿੱਤੇ ਆ। ਲਓ ਜੀਵਨ ਦੀ ਰੇਡ, ਆਓ ਸਾਹਮਣੇ
ਪਤੀਸਾ ਸ਼ਿਕਾਰ ਜਿਗਰੀ ਯਾਰ ਗੋਰੇ ਮਾਨੋ ਚਾਲ ਹੋਣੀ ਗੋਰੇ ਰਾਮੂ ਮਾਲ ਹੋਣੀ ਤੇ ਮੱਲੀ ਬੌਂਸਰ ਤੇ ਕਟੱਪੇ ਬੌਂਸਰ ਹੋਣੀ ਇਹ ਚੇਚੇ ਤੌਰ ਤੇ ਭਰਾ ਸਾਡੇ ਆਏ ਹੈ ਲਓ ਸੁੱਖ ਭੰਗਾਲੇ ਵਾਲਾ ਰਾਜਾ ਦੇਸਲਾ ਵਾਲਾ ਇੱਕ ਪਾਸੇ ਮਾਝੇ ਵਾਲਾ ਇੱਕ ਪਾਸੇ ਦੁਆਬੇ ਵਾਲਾ ਲਓ ਜ਼ੋਰ ਲੱਗ ਰਿਹਾ ਮੁੰਡਾ ਬਗਲ ਚੜ੍ਹ ਨੂੰ ਫਿਰਦਾ ਮੁੰਡਾ ਬਗਲ ਚੜ੍ਹ ਨੂੰ ਫਿਰਦਾ ਇੱਕ ਪਾਸੇ ਧਾਵੀ ਸਾਈਡ ਲੱਭਦਾ ਮੁੰਡਾ ਪਹਾੜ ਬਣਿਆ ਫਰੰਦੀਪੁਰੀ ਗੋਪੀ ਮੰਗ ਰਿਹਾ ਜਮਾਲਪੁਰ ਵਾਲਿਓ ਤੇਜੀ ਦੀ ਕਬੱਡੀ ਹੈ ਰਾਜਾ ਭਾਲੇ ਭੈਣੀ ਵਾਲਿਆ ਸੋਨੂੰ ਟੱਕਰ ਬਹਿਰੀਨ ਮਾਣ ਕਰਦਾ ਰਵੀ ਚੋਪੜਾ ਦੀ ਖੇਡ ਨੂੰ ਪ੍ਰਮੋਟ ਕਰਦਾ ਲਓ ਸਾਹਮਣੇ ਮੁੰਡਾ ਸੁੱਠੇ ਆਲੇ ਵਾਲਾ ਤੇਜੀ ਨੂੰ ਫੜ ਲੂ ਫਿਰਦਾ ਪਰ ਤੇਜੀ ਅੱਜ ਨਾ ਬੁਲਾਰਿਆਂ ਨੂੰ ਕਾਲੇ ਹੋਣਾ ਦਾ ਜ਼ੋਰ ਲੱਗੀ ਜਾਂਦਾ ਜਮਾਲਪੁਰ ਵਾਲੇ ਭਰਾਵਾਂ ਦਾ ਨਵਦੀਪ ਹੋਣਾ ਦਾ ਕਮਲ ਯੂਐਸਏ ਤੋਂ ਲਾਈਵ ਜੁੜਿਆ ਹੋਇਆ ਨਵਦੀਪ ਦੇ ਨਾਲ ਅਰਸ਼ ਭਰਾਵਾਂ ਦਾ ਧੰਨਵਾਦ ਇੰਦਰੋ ਤੁਲਾ ਕਹਿੰਦੇ ਖੀਰਾ ਵਾਲ ਦੀ ਧਰਤੀ ਦਾ ਹੈ ਗੱਦੀ ਦੇ ਚੱਕੇ ਵਾਹੀ ਗੋਪੀ ਉਹ ਗੋਪੀ ਦਾ ਜੱਫਾ ਕਿੰਨਾ ਉੱਡ ਚੁੱਕਿਆ ਆਪਣੀ ਟੀਮ ਦੇ ਲਈ ਤੇ ਇਸ ਜੱਫੇ ਤੋਂ ਖੁਸ਼ ਹੋ ਕੇ 500 ਰੁਪਈਆ ਜਿਹੜਾ ਗਰਾਊਂਡ ਦੇ ਵਿੱਚ ਆ ਗਿਆ ਇਹਦੇਲੀ ਸਾਈਡ ਦੇਖਾਂਗੇ ਨਾਨਕ ਦੀ ਰੇੜ ਹੈ ਤੇ ਟੱਕਰ ਦੇਖਾਂਗੇ ਟੱਕਰ ਦੇਖਾਂਗੇ ਅਮਰੀਕਾ ਤੋਂ ਪੰਜਾਬ ਸੰਧੂ ਹੁਣੀ ਪਰ ਇੱਧਰ ਦੀਪ ਆ ਗਿਆ ਉਹ ਦੀਪ ਆ ਗਿਆ ਓਏ ਦੀਪ ਆ ਗਿਆ ਦੀਪ ਆ ਗਿਆ ਹਰਜੀਤ ਦੇ ਨਾਲ ਮੁਕਾਬਲਾ ਹੋ ਗਿਆ ਉਹ ਲਾਲ ਲੀਕਰਾਂ ਵਾਲੇ ਜਮਾਲਪੁਰੇ ਦੇ ਵਿੱਚ ਭਿੜਦੇ ਇੱਥੇ ਰੱਖ ਹੋਈ ਨੌਜਵਾਨਾਂ ਖੁਸ਼ ਹੈ ਜਮਾਲਪੁਰ ਦੀ ਸੰਗਤ ਅੱਜ ਖੁਸ਼ ਹੈ ਇੱਧਰ ਕਹਿੰਦੇ ਇੰਦਰਜੀਤ ਕਹਿੰਦੇ ਕੰਬੋਟ ਢਾਏ ਵਾਲੇ ਨੇ ਕਬੱਡੀ ਪਾਈ ਹੋਈ ਰਫੀਕ ਹੈ ਰਾਦਾ ਰਫੀਕ ਆ ਕਹਿੰਦੇ ਸ਼ਕਰਪੁਰੀਆ ਇਹ ਗੁੱਜਰਾਂ ਦਾ ਲਾਣਾ ਮਸ਼ਹੂਰ ਕਬੱਡੀ ਖੇਡਦੇ ਮੈਦਾਨ ਦੇ ਵਿੱਚ ਦੁੱਲਾ ਇਹ ਖੀਰਾਵਾਲ ਦੀ ਧਰਤੀ ਦਾ ਹੈ ਇੱਕ ਦੁੱਲਾ ਸੁਰਖਪੁਰੀਆ ਹੋਇਆ ਇੱਕ ਦੁੱਲਾ ਕਹਿੰਦੇ ਮਾਝੇ ਵਾਲਾ ਸਾਡਾ ਸ਼ਹੀਦ ਪਿੰਡ ਵਾਲਾ ਇੱਕ ਦੁੱਲਾ ਗੋਗੋ ਗੋਹੇ ਵਾਲਾ ਆਹ ਦੁੱਲਾ ਕਹਿੰਦੇ ਖੀਰਾਵਾਲ ਦੀ ਧਰਤੀ ਦਾ ਬੱਬਿਆ ਮਾਨ ਚਪਟਬਾਜ ਵਾਲੀ ਜਾਂ ਕਹੇ ਉਸਤਾਦ ਫਰੰਦੀਪੁਰੀਆਂ ਨੂੰ ਜੱਗੂ ਚੋਲੇ ਵਾਲਾ ਮੁੰਡੇ ਚਿੱਟੀਆਂ ਨਿੱਕਰਾਂ ਵਾਲੇ ਹੈ ਮੁੰਡੇ ਚਿੱਟੀਆਂ ਮਾਨ ਸਨਮਾਨ ਉਹ ਕੁਹਾਰ ਕੇ ਪਿੰਡ ਦੇ ਵਿੱਚ ਹੋਣ ਜਾ ਰਹੇ ਹੈ ਤੇ ਕਿਹਨਾਂ ਭਰਾਵਾਂ ਵੱਲੋਂ ਇਹ ਮਾਨ ਸਨਮਾਨ ਹੈ ਉਹ ਸਾਡੇ ਭਰਾ ਵੀ ਜਿਉਂਦੇ ਵੱਜਦੇ ਰਹਿਣ ਤਰਲੋਚਨ ਸਿੰਘ ਜੀ ਗਿੱਲ ਯੂਕੇ ਤੋਂ ਇੰਗਲੈਂਡ ਤੋਂ ਨਾਲ ਰਾਜੂ ਹੈ ਸਾਡਾ ਜੂਹੇ ਤੇ ਨਾਲ ਹਨੀ ਜੂਹੇ ਵਾਲਾ ਨਾਲ ਸਾਹਨਸਾ ਜੂਹੇ ਹਰਜੀਤ ਤੇ ਯੋਈ ਦੁਬਈ ਗੋਪੀ ਡਾਲੀਆ ਯੂਐਸਏ ਅਮਰੀਕਾ ਨਿਸ਼ਾਨ ਸਿੰਘ ਜੀ ਯੂਐਸਏ ਅਮਰੀਕਾ ਮਿੰਟੂ ਨੰਬਰਦਾਰ ਕੈਨੇਡਾ ਮੈਚ ਕੰਟੀਨਿਊ ਕਰੀਏ ਬੋਲਿਆ ਪਿਆਰ ਦੇ ਨਾਲ ਵੀ ਨੌਜਵਾਨ ਹੈ ਪਿਆਰ ਦੀ ਖੇਡ ਹੈ ਸਤਿਕਾਰ ਦੀ ਖੇਡ ਹੈ ਬੋਲਿਆ ਪਿਆਰ ਦੇ ਨਾਲ ਇੱਧਰ ਹਰਵਿੰਦਰ ਜਰਮਨੀ ਡਿਆਲ ਦੋਨੋਂ ਬਲਾਵਿਆਂ ਦੇ ਲਈ 500-500 ਦਾ ਵੱਡਾ ਪਿਆਰ ਇੱਧਰ ਤੇਜੀ ਦੀ ਕਬੱਡੀ ਤੇ ਆਉਂਦੇ ਆ ਮੁੰਡੇ ਨੇ ਸੁਰ ਸਿੰਘ ਦਾ ਨਾਮ ਰੋਸ਼ਨ ਕਰਤਾ ਭਲਵਾਨਾ ਦੇ ਪਿੰਡ ਦਾ ਮਾਂ ਪੁਰਸ਼ਾਂ ਦੇ ਪਿੰਡ ਦਾ ਵੇਖਾਂਗੇ ਹੁਣ ਹੁਣ ਆ ਬੱਲੇ ਬੱਲੇ ਕਰਵਾਵੇਗਾ ਕਿਹੜੀ 30 ਸੈਕਿੰਡ ਦੀ ਖੇਡ ਲੱਗਦਾ ਹੋਇਆ ਜੋਗੀ ਹੈ ਤਾੜੀਆਂ ਮਾਰੋ ਜ਼ੋਰਦਾਰ ਫੌਜੀ ਸਾਹਿਬ ਜੀ ਇੱਧਰ ਜਮਾਲਪੁਰੇ ਵਾਲੇ ਬੜਾ ਵੱਡਾ ਮਾਣ ਪਿਆਰ ਪਹੁੰਚਦਾ ਕਰਦੇ ਹੈ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਮੈਂ ਚੇਤੇ ਤੌਰ ਤੇ ਧੰਨਵਾਦ ਕਰਦਾ ਲਾ ਦੁੱਲਾ ਕਬੱਡੀ ਪਾ ਰਿਹਾ ਸਾਡੇ ਡਿਆਲ ਪਿੰਡ ਵਾਲੇ ਜਰਮਨੀ ਤੋਂ ਉਹਨਾਂ ਨੇ ਪਿਆਰ ਪਹੁੰਚਦਾ ਕੀਤੇ ਚੇਤੇ ਤੌਰ ਤੇ ਧੰਨਵਾਦ ਕਰਦੇ ਹਾਂ ਬੱਚੇ ਪਿੱਛੇ ਧੰਨਵਾਦ
ਬੱਚਿਆਂ ਨੂੰ ਦੂਰ ਕਰ ਲਵੋ ਮਨ ਚੋਟੀ ਦੇ ਗੋਪੀ ਜਦੋਂ ਲੱਗਦਾ ਹੈ ਫਿਰ ਉਦੋਂ ਧਾਵੀਆਂ ਨੂੰ ਉਧਲੀ ਸਾਈਡ ਮੰਨ ਗਿਆ ਤੇ ਬੱਚੇ ਤੁਰੇ ਫਿਰਦੇ ਸੀਗੇ ਯਾਰ ਅਸੀਂ ਨੀ ਚਾਹੁੰਦੇ ਕਿਸੇ ਦੇ ਸੱਟ ਫਿਰ ਲੱਗ ਜਾਵੇ ਇਧਰਲੀ ਸਾਈਡ ਦੇਖਾਂਗੇ ਇੰਦਰਜੀਤ ਸਿੰਘ ਦੀ ਰੇਡ ਆ ਪਤੀਸਾ ਪਤੀਸਾ ਤੇ ਇੰਦਰਜੀਤ ਸਿੰਘ ਕਿਆ ਮਾਸ਼ੀਆਂ ਵਾਲਾ ਡਿਰਜੈਂਟ ਆਸਟ੍ਰੇਲੀਆ ਅੰਮ੍ਰਿਤ ਆਸਟ੍ਰੇਲੀਆ ਕਮਲ ਅਮਰੀਕਾ ਵੱਲੋਂ ਇੱਥੇ ਰੱਖ ਬਈ ਬੁੱਕ ਦਾ ਆਉਂਦਾ ਹੈ ਕੈਨੇਡਾ ਵਾਲੇ ਦਾ ਧੰਨਵਾਦ ਹੈ ਮੱਖਣ ਮੱਖੀ ਉਹਨਾਂ ਦਾ ਧੰਨਵਾਦ ਹੈ ਜੋ ਦੇਸੀ ਤੋਂ ਹੋਣਾ ਦਾ ਚੇਤੇ ਤੌਰ ਤੇ ਧੰਨਵਾਦ ਹੈ 1000 ਦੀ ਕਬੱਡੀ ਆ ਵੀ ਪੈਣ ਜਾ ਰਹੀ ਹੈ ਆਹ ਦੇਖਾਂਗੇ ਇਹ ਨਾਇਣ ਸੁਰ ਸਿੰਘ ਪਿੰਡ ਵਾਲਾ ਹੈ ਇਹ ਨਾਇਣ ਕਹਿੰਦੇ ਤਾਪੇ ਸੁਰ ਸਿੰਘ ਦੇ ਪਿੰਡ ਨੂੰ ਬਲਵਾਨ ਕਰਦਾ ਹੈ ਇਹ ਅੱਬੇ ਦੇ ਪਿੰਡ ਦਾ ਹੈ ਇਹ ਨਾਇਣ ਕੱਪਲ ਦੇ ਪਿੰਡ ਦਾ ਹੈ ਹੁਣ ਦੇਖਾਂਗੇ ਮੈਨੂੰ ਲੱਗਦਾ ਮੈਚ ਸਮਾਪਤ ਹੈ ਇਸ ਤੋਂ ਬਾਅਦ ਅੰਮ੍ਰਿਤ ਆਸਟ੍ਰੇਲੀਆ ਵੱਲੋਂ ਤੇ ਸਾਡੇ ਕਮਲ ਅਮਰੀਕਾ ਵੱਲੋਂ ਇਹ 2000 ਦੀ ਕਬੱਡੀ ਦੁੱਲੇ ਦੀ ਪੈਣ ਜਾ ਰਹੀ ਹੈ ਗੋਪੀ ਵੀ ਤਿਆਰ ਹੈ ਨਾਲ ਸੁੱਖ ਹੈ ਹੁਣ ਦੇਖਦੇ ਹਾਂ ਜੱਗੂ ਚੋਲਾ ਸਾਹਿਬ ਦੀ ਧਰਤੀ ਦਾ ਇਹ ਨਿਊਜ਼ੀਲੈਂਡ ਖੇਡੇ ਹੈ ਦੁੱਲਾ ਯੂਰਪ ਤਗੜਾ ਖੇਡੇ ਮਾਣ ਹੈ ਜਿੰਦੇ ਹੁਣਾਂ ਨੂੰ ਪਰ ਆਹ ਤਾਂ ਜੱਗੂ ਦਾ ਪ੍ਰਸਿੱਧ ਹੈ ਮਾਤਾ ਗੁਰਮੀਤ ਕੌਰ ਦੇ ਸੁਪਰ ਡਾਲ ਦੋਨਾਂ ਦੀ ਟੀਮ ਜੇਤੂ ਰਹੀ ਹੈ ਜੀ ਪੁਆਇੰਟ ਦੱਸੇ ਨਹੀਂ ਆਪਾਂ ਜੇਤੂ ਕਰਾਰ ਕਰਤਾ ਬਾਕੀ ਮਿਲਦੇ ਹਾਂ ਕਿਸੇ ਹੋਰ ਤਕਲੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।